ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਨੇ ਆ ਤੁਹਾਡੇ ਆਪਣੇ ਅਫੀਸ਼ੀਅਲ ਯੂਟਿਊਬ ਚੈਨਲ ਤੇ PB77 ਸਟੱਡੀ ਪੁਆਇੰਟ। ਠੀਕ ਹੈ, ਤਾਂ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿੱਛੇ ਜੇ ਹੜੱਪਾ ਸਭਿਅਤਾ ਬਾਰੇ ਗੱਲ ਕੀਤੀ ਸੀ। ਠੀਕ ਹੈ, ਤੇ ਹੜੱਪਾ ਸਭਿਅਤਾ ਦੇ ਅੱਜ ਰਿਲੇਟਿਡ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਨੇ ਸਾਰੇ ਹੀ ਅੱਜ ਇੱਕ ਕਲਾਸ ਵਿੱਚ ਕਰਾ ਦਿੱਤੇ ਜਾਣਗੇ। ਠੀਕ ਹੈ, ਉਸ ਤੋਂ ਬਾਅਦ ਕੋਈ ਇਸ ਤੋਂ ਬਾਅਦ ਬਾਹਰ ਪ੍ਰਸ਼ਨ ਨਹੀਂ ਜਾਂਦਾ। ਇਹ ਸਾਰੇ ਹੀ ਪ੍ਰਸ਼ਨ ਨੇ ਜਿੰਨੇ ਵੀ ਟੈਟ ਦੇ ਪੇਪਰ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਕੱਢੇ ਹੋਏ ਨੇ, ਰਿਲੇਟਿਵ ਜਿੰਨੇ ਵੀ ਪੇਪਰ ਹੋਏ ਨੇ, ਚਾਹੇ ਪ੍ਰੀਪਰਸ ਬੋਰਡ ਦਾ ਹੈ ਜਾਂ ਕੁਛ ਵੀ ਹੈ, ਪਹਿਲਾਂ ਦੇ ਪੇਪਰ ਸੀ, TCS ਦੇ ਪੇਪਰ ਸੀ, ਉਹਨਾਂ ਵਿੱਚੋਂ ਕੱਢ ਕੇ ਅੱਜ ਪ੍ਰਸ਼ਨ ਮੈਂ ਲੈ ਕੇ ਤੁਹਾਡੇ ਸਾਹਮਣੇ ਆਇਆ। ਠੀਕ ਹੈ, ਜਿਵੇਂ ਮੇਰੇ ਕੋਲ ਆਪਣੇ ਕੋਲ ਪਹਿਲਾਂ ਜ਼ਿਆਦਾ ਟਾਈਮ ਰਹਿੰਦਾ, ਆਪਾਂ ਕਲਾਸ ਸਟਾਰਟ ਕਰਨੇ ਆ। ਪਹਿਲਾ ਪ੍ਰਸ਼ਨ ਹੈਗਾ, ਜਿਵੇਂ ਹੜੱਪਾ ਸ਼ਬਦਾਂ ਦੀ ਖੋਜ ਕਦੋਂ ਕੀਤੀ ਗਈ ਸੀ? ਹੜੱਪਾ ਦੀ ਖੋਜ ਕਦੋਂ ਕੀਤੀ ਗਈ ਸੀ? ਆਪਾਂ ਕਰਕੇ ਗਏ ਹੈ ਨਾ, ਹੜੱਪਾ ਸਭਿਅਤਾ ਦੀ ਖੋਜ ਕਦੋਂ ਕੀਤੀ ਗਈ ਸੀ? ਠੀਕ ਹੈ, ਇਹਦਾ ਆਪਾਂ ਜਦੋਂ ਆਪਾਂ ਪੜ੍ਹਿਆ ਸੀ ਇਹਦੀ ਖੋਜ ਬਾਰੇ, ਸਟਾਰਟਿੰਗ ਤੋਂ ਕੰਮ ਕਦੋਂ ਤੋਂ ਕਦੋਂ ਤੱਕ ਚੱਲਿਆ ਸੀ ਆਪਾਂ ਪੜ੍ਹਿਆ ਸੀ, ਕਿਸੇ ਦਿੱਤਾ ਵੈ 2500 ਈਸਾ ਪੂਰਵ ਤੋਂ 1750 ਈਸਾ ਪੂਰਵ, ਹੈ ਨਾ, ਦਿੱਤਾ ਵਾ ਸੀ। ਤੇ ਮੈਂ ਇੱਕ ਹੋਰ ਵੀ ਤੁਹਾਨੂੰ ਕਰਾਇਆ ਸੀ 2350 ਈਸਾ ਪੂਰਵ, ਨਹੀਂ, ਇਹੀ ਸਹੀ ਸੀ। ਠੀਕ ਹੈ, ਤੇ 2500 ਈਸਾ ਪੂਰਵ, ਹਾਂ 2400 ਤੋਂ, 2400 ਤੋਂ ਲੈ ਕੇ 1750 ਈਸਾ ਪੂਰਵ ਤੱਕ। ਫਿਰ ਇੱਕ ਹੋਰ ਵੀ ਆਉਂਦਾ ਸੀ 2350 ਤੋਂ 1750 ਈਸਾ ਪੂਰਵ। ਠੀਕ ਹੈ, ਉਹ ਵਾਲਾ ਹੀ, ਉਹ ਵੀ ਸੇਮ ਹੀ ਹੋ ਗਿਆ, ਬਟ ਇਹਦਾ ਕਿਹੜਾ ਹੈ ਸਹੀ? ਆਪਾਂ ਕਿਹਾ ਸੀ 2500 ਈਸਵੀ ਪੂਰਵ ਤੋਂ ਲੈ ਕੇ 1750 ਈਸਾ ਪੂਰਵ ਤੱਕ ਸੀ ਹੜੱਪਾ ਸਭਿਅਤਾ ਦੀ ਖੋਜ ਕੀਤੀ ਗਈ ਸੀ। ਠੀਕ ਹੈ, ਉਹਦੇ 'ਚ ਹੁਣ ਮਿਲਿਆ ਕਿ ਇਹਦੇ ਬਾਰੇ ਫਿਰ ਅਗਲੇ ਪ੍ਰਸ਼ਨ ਮੇਰੇ ਕੋਲ। ਪਹਿਲਾ ਪ੍ਰਸ਼ਨ ਇਹ ਸੀ, ਦੂਜਾ ਪ੍ਰਸ਼ਨ ਹੈਗਾ ਸਿੰਧੂ ਘਾਟੀ ਸਭਿਅਤਾ, ਜਿਹੜਾ ਸਿੰਧੂ ਘਾਟੀ ਦੀ ਸਭਿਅਤਾ ਹੈਗੀ, ਨੰਬਰ 2 ਪ੍ਰਸ਼ਨ ਹੈ, ਸਿੰਧੂ ਘਾਟੀ ਦੀ ਸਭਿਅਤਾ, ਜਿਹੜੀ ਸਭਿਅਤਾ ਹੈਗੀ ਸਿੰਧੂ ਘਾਟੀ ਸਭਿਅਤਾ ਦੀ ਖੋਜ ਸਮੇਂ ਜਿਹੜਾ ਹੈ ਕਾਲੀ ਬੰਗਾ, ਬੰਗਾ ਕਿਸ ਪ੍ਰਦੇਸ਼ ਵਿੱਚ ਪਾਇਆ ਜਾਂਦੀ ਹੈ? ਠੀਕ ਹੈ, ਆਪਾਂ ਨੂੰ ਪਤਾ ਹੈ, ਆਪਾਂ ਕਾਲੀ ਬੰਗਾ ਬਾਰੇ ਪੜ੍ਹਿਆ ਸੀ। ਮੈਂ ਤੁਹਾਨੂੰ ਕਿਹਾ ਕਾਲੀ ਬੰਗਾ ਦਾ ਅਰਥ ਕੀ ਹੈ? ਕਾਲੀ ਬੰਗਾ ਦਾ ਅਰਥ ਸੀ ਕਾਲੀਆਂ ਚੂੜੀਆਂ, ਕਾਲੀ ਬੰਗਾ ਦਾ ਅਰਥ ਕੀ ਸੀ? ਕਾਲੀਆਂ ਚੂੜੀਆਂ। ਇਹ ਵੀ ਮੈਂ ਦੱਸਿਆ ਸੀ ਕਾਲੀ ਬੰਗਾ ਕਿਹੜੀ ਨਦੀ ਤੇ ਵਸਿਆ ਹੈ? ਘੱਗਰ ਨਦੀ ਤੇ। ਕਿਹੜੀ ਨਦੀ ਤੇ? ਘੱਗਰ ਨਦੀ ਤੇ। ਘੱਗਰ ਨਦੀ ਕਿਹੜੀ ਹੈਗੀ ਏ? ਉਹ ਕਿੱਥੇ ਹੈਗੀ? ਆਪਾਂ ਨੂੰ ਪਤਾ ਰਾਜਸਥਾਨ 'ਚ, ਰਾਜਸਥਾਨ ਵਿਖੇ ਕਾਲੀ ਬੰਗਾ। ਹੁਣ ਕਿੱਥੇ ਹੈਗੀ ਏ? ਰਾਜਸਥਾਨ ਵਿਖੇ। ਹੁਣ ਪ੍ਰਸ਼ਨ ਕਿੱਥੇ? ਸਿੰਧੂ ਘਾਟੀ ਦੀ ਸਭਿਅਤਾ ਦੀ ਖੋਜ ਸਮੇਂ ਕਾਲੀ ਬੰਗਾ ਜਿਹੜਾ ਪ੍ਰਦੇਸ਼ ਕਿੱਥੇ ਪਾਇਆ ਜਾਂਦਾ, ਕਿੱਥੇ ਮਿਲਿਆ ਸੀ? ਕਿੱਥੇ? ਰਾਜਸਥਾਨ 'ਚ। ਕਾਲੀ ਬੰਗਾ ਕਿਹੜੀ ਨਦੀ ਤੇ ਵਸਿਆ ਹੈ? ਘੱਗਰ ਨਦੀ ਤੇ। ਕਿਹੜੀ ਨਦੀ ਤੇ? ਘੱਗਰ ਨਦੀ ਤੇ। ਠੀਕ ਹੈ, ਇਹ ਹੋ ਗਿਆ 2 ਪ੍ਰਸ਼ਨ। ਨੰਬਰ 3 ਤੇ ਆਪਾਂ ਚੱਲਦੇ ਅੱਗੇ। ਪ੍ਰਸ਼ਨ ਨੰਬਰ 3 ਹੈਗਾ ਮੇਰੇ ਕੋਲ, ਕਹਿੰਦਾ ਹੜੱਪਾ ਕਾਲ ਦੀਆਂ ਮੋਹਰਾਂ ਦਾ ਰੂਪ ਕੀ ਸੀ? ਹੜੱਪਾ ਕਾਲ ਦੀਆਂ ਮੋਹਰਾਂ ਦਾ ਰੂਪ ਕੀ ਸੀ? ਕਿਹੜੇ ਰੂਪ ਵਿੱਚ ਜਿਹੜੀ ਹੜੱਪਾ ਦੀਆਂ ਮੋਹਰਾਂ ਪਾਈਆਂ ਜਾਂਦੀਆਂ ਸੀ, ਹੜੱਪਾ ਕਾਲ 'ਚ ਮੋਹਰਾਂ ਮਿਲੀਆਂ? ਹੁਣ ਤੁਹਾਨੂੰ ਆਪਾਂ ਨੂੰ ਪਤਾ ਹੈ ਇੱਕ ਧਾਤ ਸੀ ਜਿਹੜੀ ਕੋਈ ਨਹੀਂ ਮਿਲੀ ਸੀ, ਉਹ ਲੋਹਾ ਸੀ। ਠੀਕ ਹੈ, ਕਈ ਉਹਨਾਂ ਕਹਿਣਗੇ ਸੋਨੇ ਦੀਆਂ ਸੀ, ਚਾਂਦੀ ਦੀਆਂ ਸੀ, ਨਾ, ਕਿਹੜੀਆਂ ਇਹਨਾਂ ਨੂੰ ਜਿਹੜੀਆਂ ਇਹ ਮੋਹਰਾਂ ਮਿਲੀਆਂ ਸੀ, ਇਹਨਾਂ ਸਲੇਖੜੀ ਕਹਿੰਦੇ ਸਨ, ਸਲੇਖੜੀ।
ਕਿਹੜੀਆਂ ਕਹਿੰਦੇ ਸਨ? ਸਲੇਖੜੀ ਮੋਹਰਾਂ। ਹਾਰ ਸ਼ਿੰਗਾਰ ਲਈ ਲੇਡੀਜ਼ ਵਰਤਦੀਆਂ ਸੀ ਸਲੇਖੜੀ ਮੋਹਰਾਂ। ਕਿਹੜੀ ਮੋਹਰਾਂ ਮਿਲੀਆਂ ਨੇ? ਸਲੇਖੜੀ। ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੈ ਇਹ, ਠੀਕ ਹੈ, ਨਹੀਂ ਛੱਡਣਾ ਨਹੀਂ ਕਿਸੇ ਵੀ ਤਰੀਕੇ 'ਤੇ। ਹੁਣ ਕਿਹੜੀ ਮੋਹਰਾਂ ਮਿਲੀਆਂ ਨੇ? ਸਲੇਖੜੀ ਮੋਹਰਾਂ ਮਿਲੀਆਂ ਨੇ। ਹੜੱਪਾ ਸਭ ਦਾ ਖੋਜ 25 ਈਸਵੀ ਤੋਂ ਲੈ ਕੇ 1750 ਈਸਵੀ ਪੂਰ। ਸਿੰਧੂ ਘਾਟੀ ਦੀ ਸਭਤਾ ਸਮੇਂ ਕਾਲੀ ਬੰਗਾ ਦਾ ਅਰਥ ਕੀ ਹੈ? ਕਾਲੀਆਂ ਚੂੜੀਆਂ ਨੇ। ਕਿਹੜੀ ਨਦੀ ਦੇ ਵਸਿਆ ਵੈ? ਘੱਗਰ ਨਦੀ ਦੇ ਵਸਿਆ ਵੈ। ਕਿੱਥੇ ਪਾਇਆ ਜਾਂਦਾ? ਰਾਜਸਥਾਨ। ਕਿੱਥੇ ਪਾਇਆ ਜਾਂਦਾ? ਰਾਜਸਥਾਨ। ਅੱਗੇ ਆਪਾਂ ਚੱਲਦੇ ਹਾਂ ਨੰਬਰ 4 ਤੇ। ਮੇਰੇ ਕੋਲ ਪ੍ਰਸ਼ਨ ਨੰਬਰ 4 ਹੈਗਾ ਹੈ, ਚਾਰ ਨੰਬਰ ਪ੍ਰਸ਼ਨ ਹੈਗਾ, ਕਹਿੰਦਾ ਹੜੱਪਾ ਸਭਤਾ ਕਿਸ ਯੁੱਗ ਦੀ ਸਭਤਾ ਹੈ? ਹੜੱਪਾ ਕਿਸ ਯੁੱਗ ਦੀ ਸਭਤਾ ਹੈ? ਕਿਸ ਯੁੱਗ ਦੀ ਸਭਤਾ ਹੈ ਵੀ ਦੱਸੋ, ਕੀਤਾ ਆਪਾਂ ਚੰਗੀ ਤਰ੍ਹਾਂ। ਹੜੱਪਾ ਸਭਤਾ ਨੂੰ ਇੱਕ ਹੋਰ ਨਾਂ ਦਿੱਤਾ ਜਾਂਦਾ ਸਿੰਧੂ ਘਾਟੀ ਦੀ ਸਭਤਾ, ਹਨਾ, ਇੱਕ ਹੋਰ ਨਾਂ ਦਿੱਤਾ ਜਾਂਦਾ ਕਿਹੜੇ ਯੁੱਗ ਦੀ ਸਭਤਾ? ਕਾਂਸਾ ਯੁੱਗ। ਕਾਂਸਾ ਯੁੱਗ ਵੀ ਕਿਹਾ ਜਾਂਦਾ ਹੈ, ਠੀਕ ਹੈ, ਕਾਂਸਾ ਯੁੱਗ ਦੀ ਸਭਤਾ ਦਾ ਕਿਹਾ ਜਾਂਦਾ ਇਹਨੂੰ, ਠੀਕ ਹੈ। ਇਹਦੇ 'ਚ ਕੀ ਨਹੀਂ ਮਿਲਿਆ? ਲੋਹਾ, ਧਾਤ ਸੀ ਉਹ ਨਹੀਂ ਮਿਲੀ ਸੀ। ਕਿ ਸਭ ਤੋਂ ਜ਼ਿਆਦਾ ਕਹਿੰਦੀ ਲੋਕ ਇੱਕ ਵਰਤੋਂ ਕਰਦੇ ਸਨ ਕਾਂਸਾ ਦੀ, ਤਾਂ ਕਰਕੇ ਇਹਨੂੰ ਕਾਂਸਾ ਯੁੱਗ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ ਮੇਰੇ ਕੋਲ 5 ਹੈਗਾ, ਕਹਿੰਦਾ ਸਿੱਧੂ ਘਾਟੀ ਸਭਤਾ ਦੇ ਲੋਕ ਮੁੱਖ ਕਿੱਤਾ ਕੀ ਸੀ? ਮੁੱਖ ਉਹਨਾਂ ਦਾ ਕੰਮ ਸੀ ਕੀ ਸੀ? ਹੁਣ ਕਹਿੰਦਾ ਸਿੰਧੂ ਘਾਟੀ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਮੁੱਖ ਕਿੱਤਾ ਕੀ ਸੀ? ਹੁਣ ਕੀ ਸੀ ਉਹਨਾਂ ਦਾ? ਵਪਾਰ ਕਰਨਾ। ਕੀ ਸੀ? ਵਪਾਰ ਕਰਨਾ। ਵਪਾਰ ਕਰਨਾ, ਵੱਧ ਤੋਂ ਵੱਧ ਵਪਾਰ ਕਰਦੇ ਸੀ। ਖੇਤੀਬਾੜੀ ਬਹੁਤ ਜ਼ਿਆਦਾ ਘੱਟ ਮਾਤਰਾ 'ਚ ਸੀ, ਠੀਕ ਹੈ। ਜ਼ਿਆਦਾ ਕੀ ਕੀਤਾ ਜਾਂਦਾ ਸੀ? ਵਪਾਰ ਕੀਤਾ ਜਾਂਦਾ ਸੀ, ਤਾਂ ਕਰਕੇ ਇਹਨੂੰ ਕਿ ਸਿੱਧੂ ਘਾਟੀ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਮੰਨਦੇ ਹਾਂ ਆਪਾਂ? ਵਪਾਰ ਕਰਨਾ। ਕੀ ਮੰਨਦੇ ਹਾਂ? ਵਪਾਰ ਕਰਨਾ। ਅੱਗੇ ਹੈਗਾ ਹੜੱਪਾ ਸਭਤਾ ਦੇ ਨਿਵਾਸੀ ਸਨ, ਜਿਹੜੇ ਹੜੱਪਾ ਲੋਕ ਸੀ, ਹੜੱਪਾ ਸਭਤਾ ਦੇ ਲੋਕ ਨਿਵਾਸੀ ਸਨ, ਕਿੱਥੋਂ ਜ਼ਿਆਦਾ ਕਿੱਥੇ ਰਹਿੰਦੇ ਸੀ ਹੜੱਪਾ ਲੋਕ ਕਿੱਥੇ ਰਿਹਾ ਕਰਦੇ ਸੀ? ਹੁਣ ਪਿੰਡਾਂ 'ਚ ਰਿਹਾ ਕਰਦੇ ਸੀ, ਸ਼ਹਿਰਾਂ 'ਚ ਰਿਹਾ ਕਰਦੇ ਸੀ, ਠੀਕ ਹੈ। ਹੁਣ ਇਹ ਜ਼ਿਆਦਾ ਕਿੱਥੇ ਰਿਹਾ ਕਰਦੇ ਸੀ? ਸ਼ਹਿਰਾਂ ਵਿੱਚ ਜ਼ਿਆਦਾ ਰਿਹਾ ਕਰਦੇ ਸਨ, ਜਾਂ ਕਰਕੇ ਇਹਨੂੰ ਸ਼ਹਿਰੀ ਲੋਕ ਵੀ ਕਹਿੰਦੇ ਹੜੱਪਾ ਨਿਵਾਸੀ ਨੂੰ, ਠੀਕ ਹੈ। ਸ਼ਹਿਰੀ ਲੋਕ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਹੁਣ ਅੱਗੇ ਪ੍ਰਸ਼ਨ ਮੇਰੇ ਕੋਲ ਹੈ ਨੰਬਰ 7 ਤੇ, ਕਹਿੰਦਾ ਸਿੰਧੂ ਸਭਤਾ ਦੇ ਘਰ ਕਿਸ ਦੇ ਬਣਾਏ ਜਾਂਦੇ ਸਨ? ਹੁਣ ਸਿੰਧੂ ਘਾਟੀ ਦੇ ਸਭਤਾ ਦੇ ਘਰ ਕਿਹੜੇ ਬਣਾਏ ਜਾਂਦੇ ਸਨ? ਲੋਕ ਕਿਸ ਦੇ ਘਰ ਬਣਾਉਂਦੇ ਹਨ? ਆਪਣੇ ਸਮੇਂ ਹੈ ਜਿਵੇਂ ਆਪਾਂ ਬਣਾਉਂਦੇ ਹਾਂ ਉਹ ਸਮੇਂ ਐਵੇਂ ਬਣਾਇਆ ਜਾਂਦਾ ਸੀ, ਬਟ ਉਹਦਾ ਸੀਮਿੰਟ ਜਾਂ ਇੱਦਾਂ ਦਾ ਕੁਛ ਚੀਜ਼ਾਂ ਨਹੀਂ ਵਰਤੀਆਂ ਜਾਂਦੀਆਂ, ਇੱਟਾਂ ਵਰਤੀਆਂ ਜਾਂਦੀਆਂ ਸਨ, ਇੱਟਾਂ ਦੀ ਵਰਤੋਂ ਕੀਤੀ ਜਾਂਦੀ ਸੀ, ਠੀਕ ਹੈ। ਹੁਣ ਪ੍ਰਸ਼ਨ ਨੰਬਰ 4, ਹੜੱਪਾ ਸਭਤਾ ਕਿਸ ਯੁੱਗ ਦੀ ਸਭਤਾ? ਕਾਂਸਾ ਯੁੱਗ, ਵੈਰੀ ਇੰਪੋਰਟੈਂਟ, ਠੀਕ ਹੈ। ਸਿੰਧੂ ਘਾਟੀ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਕਰਨਾ। ਹੜੱਪਾ ਸਭਤਾ ਦੇ ਲੋਕ ਕਿਸ ਦੇ ਨਿਵਾਸੀ ਸਨ? ਸ਼ਹਿਰਾਂ ਦੇ। ਹੜੱਪਾ ਘਾਟੀ ਦੇ ਸਭਤਾ ਦੇ ਲੋਕਾਂ ਕਿਸ ਦੇ ਘਰ ਬਣਾਇਆ ਕਰਦੇ ਸਨ? ਇੱਟਾਂ ਦੇ। ਕਿਹਨਾਂ ਦੇ? ਇੱਟਾਂ ਦੇ, ਠੀਕ ਹੈ। ਧਿਆਨ ਨਾਲ ਦੇਖ ਲੈਣਾ ਹੈ। ਅੱਗੇ ਮੇਰੇ ਕੋਲ ਪ੍ਰਸ਼ਨ ਹੈਗਾ ਨੰਬਰ 8 ਤੇ, ਕਹਿੰਦਾ
ਹੜੱਪਾ ਵਾਸੀ ਕਿਸ ਵਸਤੂ ਤੋਂ ਜਾਣੂ ਸਨ? ਕਿਸ ਵਸਤੂ ਤੋਂ ਜਾਣੂ ਸਨ? ਆਹ ਬੜਾ ਵੈਰੀ ਇੰਪੋਰਟੈਂਟ ਕੁਸਚਨ ਹੈ। ਹੜੱਪਾ ਸੱਤਾ ਦੇ ਲੋਕ ਕਿਸ ਚੀਜ਼ ਤੋਂ ਜਾਣੂ ਸਨ? ਠੀਕ ਹੈ, ਕਿਹਦੇ ਤੋਂ ਜਾਣੂ ਸੀ? ਉਹ ਕੰਪਾਸ ਤੋਂ ਜਾਣੂ ਸੀ। ਕੰਪਾਸ, ਕੰਪਾਸ ਇੱਕ ਤਰ੍ਹਾਂ ਨਿਯੰਤਰ ਹੈ ਜਿਹੜਾ ਆਪਾਂ ਦਿਸ਼ਾਵਾਂ ਬਾਰੇ ਜਾਣੂ ਕਰਾਉਂਦਾ। ਕਿਹਨਾਂ ਬਾਰੇ? ਦਿਸ਼ਾਵਾਂ ਬਾਰੇ, ਟਾਈਮ ਬਾਰੇ ਜਾਣੂ ਕਰਾਉਂਦਾ ਹੈ। ਠੀਕ ਹੈ, ਇਹਨੂੰ ਇਸ ਸਮੇਂ ਗ੍ਰੀਕ ਦੇ ਲੋਕ ਜ਼ਿਆਦਾ ਇਹਦੀ ਵਰਤੋਂ ਕਰਦੇ ਸੀ। ਗ੍ਰੀਕ ਦੇ ਲੋਕ ਜ਼ਿਆਦਾ ਇਹਦੀ ਵਰਤੋਂ ਕਰਦੇ ਸੀ। ਕੰਪਾਸ ਕਿਹਦੀ ਵਰਤੋਂ? ਹੜੱਪਾ ਸਭਿਅਤਾ 'ਚ ਕਿਹੜੀ ਚੀਜ਼ ਯੰਤਰ ਮਿਲਿਆ? ਕੰਪਾਸ ਮਿਲਿਆ। ਇੱਥੋਂ ਪਤਾ ਲੱਗਦਾ ਹੈ ਕਿ ਲੋਕ ਉਸ ਸਮੇਂ ਜਿਹਦੀ ਦਿਸ਼ਾਵਾਂ ਦੀ ਵਰਤੋਂ ਕਰਦੇ ਸਨ ਉਹਨਾਂ ਨੂੰ ਦਿਸ਼ਾਵਾਂ ਬਾਰੇ ਵੀ ਪੂਰੀ ਤਰ੍ਹਾਂ ਨੌਲੇਜ ਸੀ, ਜਾਣੂ ਸਨ। ਠੀਕ ਹੈ, ਕਿਹੜੇ ਲੋਕ? ਹੜੱਪਾ ਸਭਿਅਤਾ ਦੇ ਲੋਕ। ਅੱਗੇ 9 ਨੰਬਰ ਪ੍ਰਸ਼ਨ ਫਿਰ ਹੈਗਾ ਮੇਰੇ ਕੋਲ, ਕਹਿੰਦੇ ਹੜੱਪਾ ਸਭਿਅਤਾ ਦਾ ਖੋਜ ਕਰਤਾ ਕੌਣ ਸੀ? ਹੜੱਪਾ ਦੀ ਖੋਜ ਦੀ ਖੋਜ ਕਰਤਾ ਕੌਣ ਸੀ? ਠੀਕ ਹੈ ਜੀ, ਆ ਜਾਵੇ ਹੜੱਪਾ ਸਭਿਅਤਾ ਦੀ ਜਿਹੜੀ ਖੋਜ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਉਹ ਤਾਂ ਫਿਰ ਕੌਣ ਆਵੇਗਾ? ਉਹ ਕੌਣ ਆਵੇਗਾ ਤੁਸੀਂ ਦੱਸਣਾ ਹੈ? ਜੌਨ ਮਾਰਸ਼ਲ ਜੇ ਆਵੇਗਾ। ਹੜੱਪਾ ਦੀ ਖੋਜ ਆ, ਹੜੱਪਾ ਸਭਿਅਤਾ ਨਹੀਂ ਲਿਖਿਆ, ਹੜੱਪਾ ਦੀ ਖੋਜ ਕਿਹਦੇ ਦੁਆਰਾ ਕੀਤੀ ਗਈ ਸੀ? ਦਇਆ ਰਾਮ ਸਾਹਨੀ ਦੁਆਰਾ। ਕਦੋਂ ਕੀਤੀ ਗਈ? 1921 'ਚ। ਆਪਾਂ ਨੂੰ ਪਤਾ 1921 'ਚ ਕੀਤੀ ਗਈ ਸੀ ਦਇਆ ਰਾਮ ਸਾਹਨੀ ਦੁਆਰਾ। ਠੀਕ ਹੈ, ਅੱਗੇ ਫਿਰ ਆ ਜਾਂਦਾ, ਕਹਿੰਦਾ ਸਿੰਧੂ ਸਭਿਅਤਾ ਦੀ ਬੰਦਰ, ਸਿੰਧੂ ਜਿਹੜੇ ਸਿੰਧੂ ਸਭਿਅਤਾ ਦੇ ਲੋਕ ਸਨ ਉਹਨਾਂ ਦੀ ਇੱਕ ਬੰਦਰਗਾਹ ਹੋਇਆ ਕਰਦੀ ਸੀ। ਉਹ ਬੰਦਰਗਾਹ ਦਾ ਨਾਂ ਕੀ ਸੀ? ਕਿੱਥੇ ਹੋਇਆ ਕਰਦੀ ਸੀ? 10 ਨੰਬਰ ਦਾ ਨਾਂ ਦੱਸੋ ਪ੍ਰਸ਼ਨ ਆਵੇਗਾ, ਬੰਦਰਗਾਹ ਕਿੱਥੇ ਸੀ ਉਹਦਾ ਨਾਂ ਦੱਸੋ। ਠੀਕ ਹੈ, ਹੁਣ ਆਪਾਂ ਨੂੰ ਪਤਾ ਹੈ ਜੇ ਮੈਂ ਇੱਥੇ ਲਿਖਦਾ ਰਾਜਸਥਾਨ, ਸਹੀ ਹੋਵੇਗਾ? ਮੈਂ ਲਿਖਦਾ ਰੋਪੜ, ਮੈਂ ਲਿਖਦਿਆਂ ਕਾਲੀਬੰਗਾ। ਠੀਕ ਹੈ, ਮੈਂ ਲਿਖਦਾ ਲੁੱਥ। ਠੀਕ ਹੈ, ਹੁਣ ਕਾਲੀਬੰਗਾ ਕਿੱਥੇ ਹੈਗਾ? ਰਾਜਸਥਾਨ 'ਚ। ਉੱਥੇ ਕੋਈ ਵੱਡੀ ਵੱਡੀ ਕੋਈ ਸਮੁੰਦਰ ਨਹੀਂ ਹੈਗਾ, ਜਿਹੜੇ ਬੰਦਰਗਾਹ ਸਮੁੰਦਰਾਂ 'ਤੇ ਹੁੰਦੀਆਂ ਨੇ ਕੋਈ ਠੀਕ ਹੈ, ਅਤੇ ਹੋ ਨਹੀਂ ਸਕਦਾ। ਰੋਪੜ ਪੰਜਾਬ ਵਿੱਚ, ਹੁਣ ਰੱਬ ਨੂੰ ਪਤਾ ਰੋਪੜ ਪੰਜਾਬ ਹੈ, ਸਤਲੁਜ ਨਦੀ 'ਤੇ ਵਸਿਆ ਹੈ। ਜੇ ਇੱਥੇ ਕੋਈ ਬੰਦਰਗਾਹ ਹੈਗੀ ਨਹੀਂ ਹੈਗੀ। ਹੁਣ ਰਾਜਸਥਾਨ ਵੀ ਕਿੱਥੇ ਹੈਗਾ? ਘੱਗਰ ਨਦੀ 'ਤੇ ਵਸਿਆ ਰਾਜਸਥਾਨ, ਇੱਥੇ ਵੀ ਕੋਈ ਵੱਡਾ ਕੋਈ ਹੈ ਨਹੀਂ। ਲੋਥਲ ਕਿੱਥੇ? ਗੁਜਰਾਤ ਵਿੱਚ, ਗੁਜਰਾਤ ਕਾਲੀਕੋਟ, ਨਾਂ ਸੁਣਿਆ ਹੋਣਾ ਤੁਸੀਂ, ਹੈ ਨਾ। ਉੱਥੇ ਕੀ ਇਹ ਬੰਦਰਗਾਹ ਹੈ, ਸਭ ਤੋਂ ਵੱਡੀ ਬੰਦਰਗਾਹ ਕਿਹਨੇ? ਸਭ ਸਿੱਧੂ ਘਾਟੀ ਦੇ ਲੋਕਾਂ ਦੀ ਬੰਦਰਗਾਹ ਕਿੱਥੇ ਸੀ? ਲੋਥਲ ਵਿਖੇ। ਕਿੱਥੇ ਸੀ? ਲੋਥਲ ਵਿਖੇ। ਠੀਕ ਹੈ, ਅੱਗੇ ਫਿਰ 11 ਨੰਬਰ ਮੇਰੇ ਕੋਲ ਪ੍ਰਸ਼ਨ ਹੈਗਾ, ਕਹਿੰਦਾ 11 ਨੰਬਰ 'ਤੇ, ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਹੋਈ? ਆਪਾਂ ਨੂੰ ਮੈਂ ਦੱਸਦਾ ਤੁਹਾਨੂੰ, ਦਇਆ ਰਾਮ ਸਾਹਨੀ ਦੁਆਰਾ ਕੀਤੀ ਗਈ 1921 ਈਸਵੀ ਵਿੱਚ ਕੀਤੀ ਗਈ। ਅੱਗੇ ਹੜੱਪਾ ਇੱਕ ਇਸ਼ਨਾਨ ਕਰ ਮਿਲਿਆ, ਹੜੱਪਾ ਸਭਿਅਤਾ 'ਚ ਇੱਕ ਇਸ਼ਨਾਨ ਕਰ ਮਿਲਿਆ। ਠੀਕ ਹੈ, ਇਹ ਕਿੱਥੇ ਮਿਲਿਆ? ਕਹਿੰਦਾ ਹੜੱਪਾ ਸਭਿਅਤਾ 'ਚ ਇੱਕ ਇਸ਼ਨਾਨ ਕਰ ਮਿਲਿਆ। ਘਰ ਕਿੱਥੇ
ਠੀਕ ਹੈ, ਕਿੱਥੇ ਮਿਲਿਆ ਇਹ ਆਪਾਂ ਪੜ੍ਹਿਆ ਸੀ, ਕਿੱਥੇ ਮਿਲਿਆ ਮੋਹਨ ਜੋਦੜੋ 'ਚ, ਮੋਹਨ ਜੋਦੜੋ 'ਚ ਇਹਦੀ ਖੋਜ ਕਿਹਨੇ ਕੀਤੀ, ਰਾਖਲ ਦਾਸ ਬੈਨਰਜੀ, ਕਦੋਂ ਕੀਤੀ 1922 ਸੀ। ਠੀਕ ਹੈ, ਹੁਣ ਆਪਾਂ ਨੂੰ ਜਿਹੜਾ ਇਸ਼ਨਾਨ ਘਰ ਮਿਲਿਆ ਕਿੱਥੇ ਮਿਲਿਆ, ਮੋਹਨ ਜੋਦੜੋ 'ਚ, ਕਿੱਥੇ ਮਿਲਿਆ ਮੋਹਨ ਜੋਦੜੋ 'ਚ ਇਸ਼ਨਾਨ ਘਰ ਆਪਾਂ ਨੂੰ ਮਿਲਿਆ ਹੈ। ਠੀਕ ਹੈ, ਹੁਣ ਇੱਕ ਪ੍ਰਸ਼ਨ ਹੋਰ ਪੁੱਛਦੇ ਨੇ, ਕਹਿੰਦਾ ਸਿੱਧੂ ਘਾਟੀ ਦੇ ਲੋਕ ਸੀ ਕਿਸ ਦੇਵਤਾ ਦੀ ਮੋਹਰਾਂ ਦੇ ਨਿਸ਼ਾਨ ਮਿਲੇ ਨੇ, ਕਿਸ ਮੋਹਰਾਂ ਦੇ ਨਿਸ਼ਾਨ ਮਿਲੇ ਸਨ। ਕਹਿੰਦਾ ਸਿੱਧੂ ਘਾਟੀ, ਘਾਟੀ ਦੇ ਲੋਕਾਂ ਤੋਂ ਜੋ ਮੋਹਰਾਂ ਮਿਲੀਆਂ ਹਨ ਮੋਹਰਾਂ ਤੇ ਕਿਸ ਦੇ ਨਿਸ਼ਾਨ ਮਿਲੇ ਸਨ ਜਾਂ ਚਿੱਤਰ ਮਿਲੇ ਸਨ, ਨਿਸ਼ਾਨ ਮਿਲੇ ਸਨ। ਠੀਕ ਹੈ, ਹੁਣ ਕਿਹਦੇ ਮਿਲੇ ਸਨ, ਉਹ ਕਹਿੰਦੇ ਮਿਲੇ ਸਨ ਸ਼ਿਵ ਦੇ, ਕਹਿੰਦੇ ਇੱਥੋਂ ਪਤਾ ਲੱਗਦਾ ਕਿ ਸਾਨੂੰ ਲੋਕ ਜਿਹੜੇ ਸਿੱਧੂ ਘਾਟੀ ਦੇ ਲੋਕ ਸੀ ਕਿਹਦੀ ਸੇਵਾ ਕਰਦੇ ਸਨ, ਸ਼ਿਵ ਦੀ ਸੇਵਾ ਕਰਦੇ ਸਨ, ਸ਼ਿਵ ਉਹਨਾਂ ਦਾ ਭਗਤ ਮੰਨਦੇ ਸਨ ਸ਼ਿਵ ਨੂੰ। ਠੀਕ ਹੈ, ਉਹਨਾਂ ਦੇ ਮਿਲੇ ਸਨ ਇਸ਼ਨਾਨ। ਠੀਕ ਹੈ, ਯਾਦ ਰੱਖ ਲੈਣਾ ਹੈ। ਅੱਗੇ ਅੱਗੇ ਪ੍ਰਸ਼ਨ ਹੈਗਾ ਮੇਰੇ ਕੋਲ, ਕਹਿੰਦਾ ਹੜੱਪਾ ਸਭਿਅਤਾ ਦਾ ਕਿਹੜਾ ਸਥਾਨ ਗੁਜਰਾਤ ਵਿੱਚ ਹੈ, ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਹੜੱਪਾ ਸਭਿਅਤਾ ਦਾ ਕਿਹੜਾ ਸਥਾਨ ਗੁਜਰਾਤ ਵਿਖੇ ਹੈ, ਕਿਹੜਾ ਹੈ ਉਹ, ਲੋਥਲ ਬੰਦਰਗਾਹ ਸੀ ਇਹਨਾਂ ਦੀ। ਠੀਕ ਹੈ, ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਆਪਾਂ ਨੂੰ ਦੇਖੋ ਆਪਾਂ ਕਿੰਨਾ ਡੀਪਲੀ ਪੜ੍ਹੀ ਦਾ, ਪੇਪਰ 'ਚ ਕਿਵੇਂ ਦੇ ਪ੍ਰਸ਼ਨ ਆਉਂਦੇ ਨੇ। ਠੀਕ ਹੈ, ਐਵੇਂ ਦੇ ਹੀ ਜ਼ਿਆਦਾ ਪ੍ਰਸ਼ਨ ਆਏ ਨੇ, ਛੋਟੇ ਛੋਟੇ ਜ਼ਿਆਦਾ ਪ੍ਰਸ਼ਨ ਆਉਂਦੇ ਨੇ, ਜ਼ਿਆਦਾ ਐਡਾ ਕੋਈ ਵੱਡੇ ਪ੍ਰਸ਼ਨ ਨਹੀਂ ਆਉਂਦੇ। ਮੈਂ ਤਾਂ ਕਿੰਨੇ ਪੇਪਰ ਵੇਖੇ ਐਵੇਂ ਦੇ ਆਏ ਆ। ਠੀਕ ਹੈ, ਮਾਸਟਰ ਕੇਡਰ ਦੀ ਗੱਲ ਕਰੀਏ, ਮਾਸਟਰ ਕੇਡਰ ਥੋੜ੍ਹਾ ਜਿਹਾ ਟਫ ਹੁੰਦਾ ਹੈ, ਉਹਦੇ 'ਚ ਉਹਦੇ ਥੋੜ੍ਹੇ ਹਾਈ ਲੈਵਲ ਦੇ ਕੁਸ਼ਚਨ ਪੁੱਛੇ ਜਾਂਦੇ ਨੇ। ਪਹਿਲਾਂ ਤਾਂ ਮਾਸਟਰ ਕੇਡਰ 'ਚ ਵੀ ਥੋੜ੍ਹੇ ਜਿਹਾ ਲੋ ਲੈਵਲ ਦੇ ਆਉਂਦੇ ਸੀ, ਬਟ ਆਹ ਜਿਹੜਾ ਪਿੱਛੇ ਵਾਲਾ ਪੇਪਰ ਹੋਇਆ ਮਾਸਟਰ ਕੇਡਰ ਦਾ, ਉਹਦੇ 'ਚ ਹਾਈ ਲੈਵਲ ਦੇ ਪੁੱਛੇ ਗਏ ਸੀ। ਕਹਿੰਦਾ ਅੱਗੇ ਪ੍ਰਸ਼ਨ ਹੈਗਾ ਮੇਰੇ ਕੋਲ, ਕਹਿੰਦਾ ਮੋਹਨ ਜੋਦੜੋ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ, ਆਹ ਬੜਾ ਵੈਰੀ ਇੰਪੋਰਟੈਂਟ ਕੁਸ਼ਚਨ ਹੈ। ਕਹਿੰਦਾ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ। ਹੁਣ ਠੀਕ ਹੈ, ਮੈਂ ਤੁਹਾਨੂੰ ਕਰਾ ਕੇ ਗਿਆ ਹੜੱਪਾ ਸਭ ਦੇ ਜਿਹੜੇ ਮੋਹਨ ਜੋਦੜੇ ਲੋਕ ਸੀ, ਮੋਹਨ ਜੋਦੜੋ ਸੀ, ਉਹਨੂੰ ਲੋਕ ਕਿਹੜੇ ਨਾਂ ਨਾਲ ਬੁਲਾਇਆ ਕਰਦੇ ਸਨ, ਉਹ ਆਪਾਂ ਪੜ੍ਹਿਆ ਆਪਾਂ ਮੁਰਦਿਆਂ ਦਾ ਟਿੱਲਾ, ਮੁਰਦਿਆਂ ਦਾ ਟਿੱਲਾ, ਮੁਰਦਿਆਂ ਦੇ ਟਿੱਲੇ ਨਾਲ ਉਹਨੂੰ ਜਾਣਿਆ ਪਛਾਣ, ਉਹਨੂੰ ਉਹਦਾ ਨਾਂ ਸੰਬੋਧਨ ਕਰਦੇ ਸਨ, ਕੀ ਨਾਂ ਲੈ ਦਿੱਤਾ ਉਹਨਾਂ ਸੀ, ਮੁਰਦਿਆਂ ਦਾ ਟਿੱਲਾ। ਠੀਕ ਹੈ, ਉੱਥੇ ਆਪਾਂ ਨੂੰ ਮੋਹਨ ਜੋਦੜੋ 'ਚ ਮਿਲਿਆ ਕਿ ਵੱਡਾ ਇਸ਼ਨਾਨ ਘਰ ਮਿਲਿਆ। ਠੀਕ ਹੈ, ਉਹਨਾਂ ਨੂੰ ਹੁਣ ਮੋਹਨ ਜੋਦੜੋ ਦਾ ਨਾਂ ਲੋਕ ਕੀ ਬੁਲਾਇਆ ਕਰਦੇ ਸਨ, ਮੁਰਦਿਆਂ ਦਾ ਟਿੱਲਾ। ਅੱਗੇ ਫਿਰ ਪ੍ਰਸ਼ਨ ਹੈਗਾ, ਕਹਿੰਦਾ ਭਾਰਤ ਵਿੱਚ ਖੋਜਿਆ ਗਿਆ ਪਹਿਲਾ ਪੁਰਾਣਾ ਸ਼ਹਿਰ ਕਿਹੜਾ ਹੈ। ਹੁਣ ਭਾਰਤ ਵਿੱਚ, ਭਾਰਤ ਦੀ ਗੱਲ ਕਰਦੇ ਪਏ ਆਪਾਂ, ਕਹਿੰਦਾ ਭਾਰਤ ਵਿੱਚ ਖੋਜਿਆ ਗਿਆ ਪੁਰਾਣਾ ਸ਼ਹਿਰ ਕਿਹੜਾ ਹੈ।
ਠੀਕ ਹੈ। ਹੁਣ ਪੁਰਾਣਾ ਸ਼ਹਿਰ ਦੀ ਗੱਲ ਹੋਈਏ, ਹੁਣ ਮੈਂ ਉੱਧਰ ਪਹਿਲਾਂ ਵੀ ਜਦੋਂ ਕਲਾਸ ਲਾਈ ਸੀ ਉਸ ਸਮੇਂ ਵੀ ਤੁਹਾਨੂੰ ਦੱਸਿਆ ਸੀ ਕਿਹੜਾ ਉਸ ਸਮੇਂ ਜਿਹੜਾ ਪਾਕਿਸਤਾਨ ਸੀ, ਜਿਹੜਾ ਅੱਜ ਆਪਾਂ ਹੜੱਪਾ ਬਾਰੇ ਗੱਲ ਕਰਦੇ ਹਾਂ, ਠੀਕ ਹੈ, ਹੜੱਪਾ ਦੀ ਖੋਜ ਹੋਈ ਅੱਜ ਕੱਲ੍ਹ ਉਹ ਪਾਕਿਸਤਾਨ ਵਿੱਚ, ਉਸ ਸਮੇਂ ਪਾਕਿਸਤਾਨ ਵੀ ਆਪਣੇ ਨਾਲ ਹੀ ਸੀ, ਆਪਾਂ ਇਕੱਠੇ ਹੋਇਆ ਕਰਦੇ ਸੀ, ਪਾਕਿਸਤਾਨ ਤੇ ਇੰਡੀਆ ਦੋਵੇਂ ਭਾਈ ਭਾਈ ਹੋਇਆ ਕਰਦੇ ਸਨ ਕਦੇ। ਹੁਣ ਲੱਗ ਗਏ ਆਪਾਂ, ਠੀਕ ਹੈ, ਉਸ ਸਮੇਂ ਕਿਹੜਾ ਸ਼ਹਿਰ ਸਭ ਤੋਂ ਵੱਡਾ ਮਿਲਾ, ਫਿਰ ਉਹਦਾ ਨਾਂ ਕੀ ਆਵੇਗਾ, ਹੜੱਪਾ, ਹੜੱਪਾ ਸ਼ਹਿਰ, ਠੀਕ ਹੈ, ਬਹੁਤ ਵੱਡਾ ਸ਼ਹਿਰ ਸੀ, ਠੀਕ ਹੈ, ਇਹ ਮਿਲਿਆ ਸੀ। ਹੁਣ ਹੜੱਪਾ ਦੀ ਗੱਲ ਹੋਈਏ, ਹੜੱਪਾ ਕਿਹੜੀ ਨਦੀ ਤੇ ਵਸਿਆ ਵਾ, ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਹੈ, ਠੀਕ ਹੈ। ਮੈਂ ਕਰਾਇਆ ਹੈ ਤੁਹਾਨੂੰ ਹੜੱਪਾ ਕਿਹੜੀ ਨਦੀ ਤੇ ਵਸਿਆ, ਆਪਾਂ ਸਾਰੇ ਕੀਤੇ ਸੀ। ਅੱਗੇ ਅੱਗੇ ਪ੍ਰਸ਼ਨ ਹੈਗਾ, ਅੱਗੇ ਕਿਆ ਪ੍ਰਸ਼ਨ ਮੇਰੇ ਕੋਲ, ਹੜੱਪਾ ਦੇ ਲੋਕ ਮਿੱਟੀ ਦੇ ਬਣੇ ਬਰਤਨਾਂ ਤੇ ਕਿਸ ਤਰ੍ਹਾਂ ਦਾ ਰੰਗ ਕਰਦੇ ਸਨ, ਜਿਹੜੇ ਹੜੱਪਾ ਦੇ ਲੋਕ ਮਿੱਟੀ ਦੇ ਬਣੇ ਬਰਤਨਾਂ ਤੇ ਕਿਸ ਰੰਗ ਦਾ ਪ੍ਰਯੋਗ ਕਰਦੇ ਹਨ, ਕਿਸ ਰੰਗ ਦਾ ਪ੍ਰਯੋਗ ਜ਼ਿਆਦਾ ਕੀਤਾ ਜਾਂਦਾ ਸੀ, ਨੀਲਾ, ਕਾਲਾ, ਹਰਾ, ਚਿੱਟਾ, ਲਾਲ, ਕਿਹੜਾ ਸੀ, ਲਾਲ ਸੀ, ਸਭ ਤੋਂ ਜ਼ਿਆਦਾ ਲਾਲ ਰੰਗ ਦੀ ਵਰਤੋਂ ਕਰਦੇ ਸਨ, ਲਾਲ ਰੰਗ ਦੀ ਵਰਤੋਂ ਕੀਤੀ ਜਾਂਦੀ ਸੀ, ਠੀਕ ਹੈ, ਲਾਲ ਰੰਗ ਦੀ ਵਰਤੋਂ ਕੀਤੀ ਜਾਂਦੀ ਸੀ ਸਭ ਤੋਂ ਜ਼ਿਆਦਾ। ਫਿਰ ਅੱਗੇ ਇੱਕ ਹੋਰ ਪ੍ਰਸ਼ਨ ਹੈਗਾ, ਕਹਿੰਦਾ ਸਿੱਧੂ ਘਾਟੀ ਦੇ ਕਿਸ ਸਥਾਨ ਤੇ ਘਰਾਂ ਵਿੱਚ ਕਾਂ ਦੀਆਂ ਅੰਡੀਆਂ ਮਿਲੀਆਂ ਹਨ। ਹੁਣ ਸਿੱਧੂ ਘਾਟੀ ਦੇ ਜਿਹੜੇ ਲੋਕ ਸਨ, ਘਾਟੀ ਦੀ ਸਭਤਾ ਕਿਸ ਸਥਾਨ ਤੋਂ ਕਾਂ ਦੀਆਂ ਹੱਡੀਆਂ ਮਿਲੀਆਂ ਸਨ ਜਾਂ ਅਵਸ਼ੇਸ਼ ਮਿਲੇ ਸਨ, ਕੁਛ ਵੀ, ਠੀਕ ਹੈ, ਪ੍ਰਸ਼ਨ ਆ ਜਾਵੇ, ਕਾਂ ਬਾਰੇ ਜਦੋਂ ਗੱਲ ਆਵੇ ਉਹ ਲਿਖਣਾ ਮੋਹਨਜੋਦੜੋ, ਮੋਹਨਜੋਦੜੋ ਵਿਖੇ, ਠੀਕ ਹੈ, ਮੋਹਨਜੋਦੜੋ 'ਚ ਮਿਲੀਆਂ ਸਨ। ਅੱਗੇ ਇੱਕ ਹੋਰ ਪ੍ਰਸ਼ਨ ਫਿਰ ਹੈਗਾ, ਕਹਿੰਦਾ ਸਿੱਧੂ ਘਾਟੀ ਦੀ ਖੋਜ ਕਰਨ ਵਾਲੇ ਦੋ ਭਾਰਤੀਆਂ ਦਾ ਨਾਂ, ਵੈਰੀ 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 ਇੰਪੋਰਟੈਂਟ ਕੁਐਸਚਨ ਹੈ, ਮੈਂ ਵੇਖਿਆ ਘੱਟੋ ਘੱਟ 10-12 ਵਾਰੀ ਕੁਐਸਚਨ ਇਹ ਪੁੱਛਿਆ ਗਿਆ ਪੇਪਰਾਂ ਵਿੱਚ ਹੈ। ਕਹਿੰਦਾ ਸਿੰਧੂ ਘਾਟੀ ਦੀ ਖੋਜ ਕਰਨ ਵਾਲੇ ਦੋ ਭਾਰਤੀਆਂ ਦੇ ਨਾਂ ਦੱਸੋ ਜਾਂ ਲਿਖੋ ਜਾਂ ਦੱਸੋ, ਕੁਛ ਵੀ ਆਵੇ। ਇੱਕ ਨੰਬਰ ਸੀ ਆਪਣੇ, ਪਹਿਲੇ ਨੰਬਰ ਸੀ ਦਇਆ ਰਾਮ ਸਾਹਨੀ, ਜਿਨ੍ਹਾਂ ਨੇ ਹੜੱਪਾ ਦੀ ਖੋਜ ਕੀਤੀ 1921 ਈਸਵੀ ਵਿੱਚ। ਨੰਬਰ 2 ਮੇਰੇ ਕੋਲ ਹੈਗਾ ਰਾਖਲ ਦਾਸ ਬੈਨਰਜੀ, ਇਹਨਾਂ ਨੇ ਮੋਹਨਜੋਦੜੋ ਦੀ ਖੋਜ ਕੀਤੀ 1922 ਸੀ। ਇਹ ਦੋ ਬੰਦੇ ਸੀ ਆਪਣੇ ਇੰਡੀਅਨ ਨੇ, ਇਹਨਾਂ ਦਾ ਨਾਂ ਯਾਦ ਰੱਖਣਾ, ਦਇਆ ਰਾਮ ਸਾਹਨੀ ਤੇ ਰਾਖਲ ਦਾਸ ਬੈਨਰਜੀ, ਇਹਨਾਂ ਨੇ ਖੋਜ ਕੀਤੀ ਸੀ ਦੋ, ਕਿਹੜੇ, ਇੱਕ ਹੜੱਪਾ ਦੀ ਕੀਤੀ, ਇੱਕ ਮੋਹਨਜੋਦੜੋ ਦੀ ਇਹਨਾਂ ਨੇ ਖੋਜ ਇੱਕ ਨੇ ਕੀਤੀ ਸੀ। ਅੱਗੇ ਪ੍ਰਸ਼ਨ ਇੱਕ ਹੈਗਾ ਹੋ ਰਿਹਾ ਮੇਰੇ ਕੋਲ, ਪ੍ਰਸ਼ਨ ਨੰਬਰ ਅੱਗੇ ਕਹਿੰਦਾ ਸਿੱਧੂ ਘਾਟੀ ਦੀ ਖੋਜ ਹੜੱਪਾ ਦੇ ਕਾਲ ਵਿੱਚ ਤਾਂਬੇ ਦਾ
ਰੱਥ ਕਿਸ ਥਾਂ ਤੋਂ ਮਿਲਿਆ ਹੈ? ਹੜੱਪਾ, ਆ ਵੈ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੈ। ਹੜੱਪਾ ਵਿਖੇ ਖੋਜ ਦੇ ਸਮੇਂ ਤਾਂਬੇ ਦਾ ਰੱਥ ਕਿਸ ਸਥਾਨ ਤੋਂ ਪ੍ਰਾਪਤ ਹੋਇਆ ਹੈ? ਇਹ ਰੱਥ ਕਿੱਥੋਂ ਪ੍ਰਾਪਤ ਹੋਇਆ, ਆਪਾਂ ਨੂੰ ਤਾਂਬੇ ਦਾ ਰੱਥ ਕਿੱਥੋਂ ਪ੍ਰਾਪਤ ਹੋਇਆ ਹੈ? ਠੀਕ ਹੈ, ਇਹ ਆਪਾਂ ਨੂੰ ਤਾਂਬੇ ਦਾ ਰੱਥ ਕਿੱਥੋਂ ਪ੍ਰਾਪਤ ਹੋਇਆ? ਦੈਮਾਬਾਦ, ਜਿਹਨੂੰ ਆਪਾਂ ਅਹਿਮਦਾ ਬੋਲ ਬੋਲਦੇ ਹਾਂ, ਦੈਮਾ ਜਿਵੇਂ ਆਪਾਂ ਅਹਿਮਦਾ ਬੋਲਦੇ ਅਹਿਮਦਾਬਾਦ ਵਿਖੇ। ਠੀਕ ਹੈ, ਦੈਮਾਬਾਦ ਅਹਿਮਦਾਬਾਦ, ਇੱਥੋਂ ਆਪਾਂ ਨੂੰ ਕੀ ਮਿਲਿਆ ਸੀ? ਰੱਥ ਮਿਲਿਆ ਸੀ, ਰੱਥ ਮਿਲਿਆ ਸੀ, ਤਾਂਬੇ ਦਾ ਰੱਥ। ਕਹਿੰਦਾ ਹੜੱਪਾ ਕਲੀਨ ਕਿਸ ਧਾਤੂ ਦਾ ਪ੍ਰਯੋਗ ਨਹੀਂ ਕਰਦੇ ਸਨ? ਆਪਾਂ ਪੜ੍ਹਿਆ, ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਹੈ। ਹੜੱਪਾ ਦੇ ਲੋਕ ਕਿਸ ਧਾਤੂ ਤੋਂ ਵਰਤੋਂ ਨਹੀਂ ਕਰਦੇ ਸਨ ਜਾਂ ਨਹੀਂ ਜਾਣੂ ਸਨ? ਕੁਛ ਵੀ ਆ ਜਾਂਦਾ, ਠੀਕ ਹੈ, ਐਨੀਮਲ ਕੋਈ ਵੀ ਆ ਜਾਂਦਾ। ਕਹਿੰਦੀ ਲੋਹਾ, ਲੋਹੇ ਤੋਂ ਕੋਈ ਜਾਣੂ ਨਹੀਂ ਸੀ, ਕਹੇ ਤਾਂ ਕੋਈ ਵੀ ਲੋਹੇ ਦੀ ਚੀਜ਼ ਆਪਾਂ ਨੂੰ ਹੜੱਪਾ ਦੇ ਸਮੇਂ ਕੁਛ ਨਹੀਂ ਮਿਲਿਆ। ਅੱਗੇ ਇੱਕ ਹੋਰ ਪ੍ਰਸ਼ਨ ਹੈਗਾ, ਵੈਰੀ ਵੈਰੀ ਇੰਪੋਰਟੈਂਟ ਹੈ। ਕਹਿੰਦਾ ਕਿਸ ਪਸ਼ੂ ਦੀਆਂ ਅਸਥੀਆਂ ਸਿੰਧੂ ਘਾਟੀ ਤੋਂ ਪ੍ਰਾਪਤ ਅਜੇ ਤੱਕ ਨਹੀਂ ਹੋਈਆਂ? ਆਪਾਂ ਇੰਨੇ ਹੀ ਪੜ੍ਹਦੇ ਆਉਂਦੇ ਹਾਂ ਕਿ ਆਪ ਅਸਥੀਆਂ ਪ੍ਰਾਪਤ ਹੋਈਆਂ, ਘੋੜੇ ਦੀਆਂ ਚੀਜ਼ਾਂ ਮਿਲੀਆਂ, ਗਊ ਦੀਆਂ ਮਿਲੀਆਂ ਅਸਥੀਆਂ, ਕੌਏ ਦੀਆਂ ਅਸਥੀਆਂ ਮਿਲੀਆਂ, ਇਹੀ ਪੜ੍ਹਦੇ ਆਉਂਦੇ ਹਾਂ। ਬਟ ਇਹਦੇ 'ਚ ਪ੍ਰਸ਼ਨ ਉਹਨੇ ਮਾਡਲ ਕਰਕੇ ਪੁੱਛਿਆ ਹੈ, ਕਹਿੰਦਾ ਜਦੋਂ ਸਿੰਧੂ ਘਾਟੀ ਦੀ ਸਭਾ ਦੇ ਸਮੇਂ ਜਿਹੜਾ ਕਿਹੜਾ ਜਾਨਵਰ ਹੈ ਜਿਹਦੀ ਅਜੇ ਤੱਕ ਅਸਥੀਆਂ ਨਹੀਂ ਮਿਲੀਆਂ? ਕੋਈ ਕਿਹੜਾ ਜਾਨਵਰ ਦੀ ਅਸਥੀਆਂ ਅਜੇ ਤੱਕ ਨਹੀਂ ਮਿਲੀਆਂ? ਠੀਕ ਹੈ, ਹੜੱਪਾ ਵਿੱਚੋਂ ਅਜੇ ਤੱਕ ਕਿਸ ਜਾਨਵਰ ਦੀਆਂ ਨਹੀਂ ਮਿਲੀਆਂ ਹਨ? ਠੀਕ ਹੈ, ਹੁਣ ਇੱਥੇ ਆਵੇਗਾ ਇੱਕ ਨੰਬਰ, ਇੱਕ ਸ਼ੇਰ ਮੈਂ ਲਿਖ ਦਿੰਦਾ, ਨੰਬਰ ਬੀ ਲਿਖ ਦਿੰਦਾ ਮੈਂ ਗਾਂ, ਨੰਬਰ ਸੀ ਲਿਖਤਾ ਘੋੜਾ, ਨੰਬਰ ਡੀ ਮੈਂ ਲਿਖਤਾ ਕੁੱਤਾ। ਠੀਕ ਹੈ, ਹੁਣ ਤੁਸੀਂ ਦੱਸੋ ਕਿਹਦੇ 'ਚ ਨਹੀਂ ਮਿਲੀਆਂ? ਇਹ ਵੀ ਆਪਾਂ ਨੂੰ ਆ ਵੀ ਮਿਲੀਆਂ ਸੀ, ਆ ਵੀ ਮਿਲੀਆਂ ਸੀ, ਇੱਥੋਂ ਪਤਾ ਲੱਗਦਾ ਆਪਾਂ ਨੂੰ ਗਊ ਦੀ ਪੂਜਾ ਕਰਦੇ ਸੀ, ਘੋੜੇ ਦੀ ਆਪਾਂ ਸਲੇਖੜੀ ਉੱਥੋਂ ਮਿਲੀਆਂ, ਹੈ ਨਾ, ਕੁੱਤੇ ਦੀ ਮਿਲੀਆਂ ਆਪਾਂ ਨੂੰ ਹੱਡੀਆਂ, ਤੇ ਸ਼ੇਰ ਦੀਆਂ ਹੱਡੀਆਂ ਅਜੇ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਅਸਥੀਆਂ ਨਹੀਂ ਮਿਲੀਆਂ, ਹੱਡੀਆਂ ਨਹੀਂ ਮਿਲੀਆਂ। ਫਿਰ ਅੱਗੇ ਪ੍ਰਸ਼ਨ ਹੈਗਾ, ਕਹਿੰਦਾ ਚਹੋਦੜੋ ਦੀ ਖੋਜ ਕਿਸ ਨੇ ਕੀਤੀ? ਚਹੋਦੜੋ ਦੀ ਖੋਜ ਕਿਸ ਨੇ ਕੀਤੀ? ਕਿਸ ਦੁਆਰਾ ਕੀਤੀ ਗਈ ਸੀ? ਕਿਸ ਦੁਆਰਾ ਕੀਤੀ ਗਈ ਚਹੋਦੜੋ ਦੀ ਖੋਜ? ਜੇ ਐਚ ਮੈਕੇ, ਜੇ ਐਚ ਮੈਕੇ ਦੁਆਰਾ ਕੀਤੀ ਗਈ ਸੀ, ਜੇ ਐਚ ਮੈਕੇ ਦੁਆਰਾ ਕੀਤੀ ਗਈ ਸੀ ਖੋਜ। ਠੀਕ ਹੈ,
ਆਹ ਸੀ ਦੋਸਤੋ ਇੰਨੇ ਕੁ ਪ੍ਰਸ਼ਨ ਤੁਹਾਡੇ ਲਈ ਜਿੰਨੇ ਮੈਨੂੰ ਮਿਲੇ ਪੇਪਰਾਂ 'ਚ ਮਿਲੇ। ਬੜੀ ਡੀਪ ਤੱਕ ਜਾ ਕੇ ਮੈਂ ਇਹ ਕੰਮ ਤੁਹਾਡੇ ਲਈ ਕੀਤਾ, ਠੀਕ ਹੈ। ਬਹੁਤ ਸਾਰੇ ਪ੍ਰਸ਼ਨ ਮੈਂ ਲੈ ਕੇ ਆਇਆ, ਇਸ ਤੋਂ ਅੱਗੇ ਕੋਈ ਹੋਰ ਪ੍ਰਸ਼ਨ ਨਹੀਂ ਆਉਂਦੇ, ਨਾ ਹੀ ਮੈਂ ਵੇਖਿਆ ਹਜੇ ਤੱਕ, ਠੀਕ ਹੈ। ਅੱਗੇ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣੇ ਨੇ। ਕਰਨ ਤੋਂ ਬਾਅਦ ਤੁਸੀਂ ਪੇਪਰ 'ਚ ਜਾ ਕੇ ਵੇਖਿਆ ਜੇ ਇਹੀ ਕੁਸ਼ਚਨ ਇਹਨਾਂ ਵਿੱਚੋਂ ਹੀ ਇੱਕ ਅੱਧਾ ਕੋਈ ਕੁਸ਼ਚਨ ਪੁੱਟ ਕੀਤਾ ਹੋਵੇਗਾ। ਹੁਣ ਆਪਾਂ ਕੱਲ੍ਹ ਨੂੰ ਕੀ ਆਪਣਾ ਕੰਮ, ਕੱਲ੍ਹ ਆਪਾਂ ਕੀ ਕਰਨਾ ਹੈ, ਕੱਲ੍ਹ ਦੀ ਕਲਾਸ 'ਚ ਆਪਾਂ ਕਰਾਂਗੇ, ਇੱਕ ਕਰਾਂਗੇ ਆਪਾਂ ਵੈਦਿਕ ਸਭਤਾ ਦੇ ਕੁਸ਼ਚਨ ਉੱਤਰ, ਠੀਕ ਹੈ। ਮਹਾਜਨ ਪਦ, ਉਹ ਵਾਲੇ ਵੈਦਿਕ ਸਭਤਾ ਅਤੇ ਮਹਾਜਨ ਪਦ ਕੱਲ੍ਹ ਕਰ ਲਾਂਗੇ। ਆਉਣ ਵਾਲੀ ਕਲਾਸ 'ਚ ਫਿਰ ਆਪਾਂ ਕਰਾਂਗੇ ਜੈਨ ਧਰਮ ਅਤੇ ਬੁੱਧ ਧਰਮ ਬਾਰੇ, ਠੀਕ ਹੈ। ਉਹ ਪ੍ਰਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਅਗਰ ਨਵੇਂ ਟੋਪਿਕ 'ਤੇ ਲੈ ਕੇ ਚੱਲਾਂਗੇ, ਠੀਕ ਹੈ। ਆਹ ਤੁਸੀਂ ਜਿੰਨੇ ਕੁਸ਼ਚਨ ਕਰਾਏ ਗਏ ਨੇ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਇਹ ਕਰ ਲੈਣੇ ਨੇ, ਪ੍ਰਸ਼ਨ ਉੱਤਰ ਕਰ ਲੈਣੇ ਨੇ। ਇਹ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਨੇ, ਛੱਡਣਾ ਨਹੀਂ ਕਿਸੇ ਨੇ। ਹਾਂ, ਕੋਈ ਵੀ ਇਹ ਵੀਡੀਓ ਵੇਖ ਰਿਹਾ, ਭਾਵੇਂ ਕੋਈ ਵੀ ਪੇਪਰ ਦੇਣਾ, ਪੰਜਾਬ ਪੁਲਿਸ ਦਾ ਦੇਣਾ, ਪਟਵਾਰੀ ਦਾ ਦੇਣਾ, ਪੁਲਿਸ ਤਾਂ ਸਾਰੇ ਸੇਮ ਹੀ ਬਣਦੇ ਨੇ, ਐਵੇਂ ਦੇ ਬਣਦੇ ਨੇ, ਕੋਈ ਹੋਰ ਕੁਸ਼ਚਨ ਨਹੀਂ ਬਣਦੇ, ਠੀਕ ਹੈ। ਟੋਪਿਕ ਬਾਰੇ ਆਪਾਂ ਅੱਗੇ ਚੱਲਿਆ ਅਤੇ ਚੱਲਦੇ ਜਾਵਾਂਗੇ, ਠੀਕ ਹੈ। ਥੋੜ੍ਹੇ ਦਿਨਾਂ ਬਾਅਦ ਮੈਂ ਪੰਜਾਬੀ ਦੀ ਵੀ ਕਲਾਸ ਲੈ ਕੇ ਆ ਰਿਹਾ ਸਾਰੇ, ਠੀਕ ਹੈ। ਉਹਨਾਂ 'ਚ ਵੀ ਆਪਾਂ ਚੰਗੀ ਤਰ੍ਹਾਂ ਪੰਜਾਬੀ ਬਾਰੇ ਗੱਲਬਾਤ ਕਰਾਂਗੇ, ਠੀਕ ਹੈ। ਹੁਣ ਤੁਹਾਡਾ ਕੀ ਫਰਜ਼ ਬਣਦਾ ਹੈ, ਵੱਧ ਤੋਂ ਵੱਧ ਸਾਡੀ ਕਲਾਸ ਨੂੰ ਸ਼ੇਅਰ ਕਰੋ, ਸਾਡੇ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਠੀਕ ਹੈ। ਜਿਨ੍ਹਾਂ ਤੱਕ ਅਜੇ ਤੱਕ ਵੀਡੀਓ ਨਹੀਂ ਪਹੁੰਚਦੀਆਂ ਉਹਨਾਂ ਨੂੰ ਸਾਡਾ ਪਤਾ ਲੱਗੇ ਕਿ ਅਸੀਂ ਬਿਲਕੁਲ ਫ੍ਰੀ ਤਿਆਰੀ ਕਰਾ ਰਹੇ ਹਾਂ ਤੁਹਾਡੇ ਸਾਹਮਣੇ। ਆਉਣ ਵਾਲੇ ਪੇਪਰਾਂ 'ਚ ਤੁਸੀਂ ਦੇਖ ਲੈਣਾ, ਐਵੇਂ ਦੀ ਕੁਸ਼ਚਨ ਪੁੱਟ ਹੁੰਦੇ ਨੇ, ਕੋਈ ਹੋਰ ਐਵੇਂ ਦਾ ਕੋਈ ਹਾਈ ਲੈਵਲ ਦਾ, ਜਿਵੇਂ UPSC ਦੀ ਤਿਆਰੀ ਕਰਨੀ ਹੈ, ਉਹਨਾਂ ਦਾ ਚੱਲ ਆਪਾਂ ਮੰਨਦੇ ਹਾਂ ਕੁਛ ਅਲੱਗ ਹੁੰਦਾ ਥੋੜ੍ਹਾ ਜਿਹਾ, ਬਟ ਬਾਕੀ ਸਾਰਾ ਪੈਟਰਨ ਆਪਣਾ ਪੰਜਾਬ ਦਾ ਐਵੇਂ ਹੀ ਚੱਲਦਾ ਹੈ, ਚਾਹੇ TCS, ਠੀਕ ਹੈ। ਧੰਨਵਾਦ ਦੋਸਤੋ, ਬਹੁਤ ਬਹੁਤ ਤੁਹਾਡਾ ਧੰਨਵਾਦ।